ਪੰਜਾਬ ਮੌਸਮ 8 9 ਅਤੇ 10 ਜੂਨ ਆਵੇਗਾ ਮੀਂਹ ਤੇਜ਼ ਹਨੇਰੀ ਤੇ ਤੂਫਾਨ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਵੀ ਹੈ ਜੇ ਚੈਨਲ ਦੇ ਉੱਤੇ ਨਵੇਂ ਹੋ ਹਜੇ ਤੱਕ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਿਹੜੀ ਜਾਣਕਾਰੀ ਆਪਾਂ ਇਸੇ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਦੇਖੋ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਤੁਸੀਂ ਸਾਫ਼ ਹੀ ਦੇਖ ਸਕਦੇ ਹੋ ਕਿ ਪੰਜਾਬ ਦੇ ਜ਼ਿਆਤਰ ਹਿੱਸਿਆਂ ਵਿੱਚ ਮੌਸਮ ਸਾਫ਼ ਆ ਤਿੱਖੀ ਧੁੱਪ ਤੇਜ਼ ਧੁੱਪ ਆਪਾਂ ਨੂੰ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਹੀ ਆ ਕੁਝ ਕੁ ਥਾਵਾਂ 'ਤੇ ਹਲਕੀ ਫੁਰਕੀ ਬੱਦਲਬਾਜ਼ੀ ਦੇਖਣ ਨੂੰ ਮਿਲ ਰਹੀ ਆ ਤੇ ਗੱਲ ਕੀਤੀ ਜਾਵੇ ਆਉਣ ਵਾਲੇ ਘੰਟਿਆਂ ਦੇ ਮੌਸਮ ਦੇ ਬਾਰੇ ਤਾਂ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅੱਜ ਪੰਜਾਬ ਦੇ ਕੁਝ ਕੁ ਭਾਗਾਂ ਵਿੱਚ ਹਲਕਾ ਫੁਲਕਾ ਮੀਂਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਇਹ ਜਿਹੜਾ ਭਾਰੀ ਮੀਂਹ ਨਹੀਂ ਹੋਵੇਗਾ ਕੁਝ ਥਾਵਾਂ ਉਤੇ ਇੱਕ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਕਹਿ ਸਕਦੇ ਹਾਂ ਹਲਕਾ ਫੁਲਕਾ ਮੀਂਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਇਹ ਜਿਹੜੀਆਂ ਕਾਰਵਾਈਆਂ ਨੇ ਇਹਨਾਂ ਦੇ ਅਸਾਰ ਦੁਪਹਿਰ ਤੋਂ ਬਾਅਦ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇ ਆਪਾਂ ਗੱਲ ਕਰੀਏ 9 ਤੇ 10 ਜੂਨ ਦੇ ਮੌਸਮ ਦੇ ਬਾਰੇ ਤਾਂ ਇਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਵਿੱਚ ਬਦਲਬਦਲਾਈ ਦਾ ਆਉਣ ਜਾਣ ਲੱਗੇ ਰਹੇਗਾ ਕੁਝ ਹਲਕੇ ਫੁਲਕੇ ਸਿਸਟਮ ਪੰਜਾਬ ਵਿੱਚ ਦੁਪਹਿਰ ਤੋਂ ਬਾਅਦ ਬਣਨਗੇ ਇਸ ਦੇ ਨਾਲ ਕੁਝ ਥਾਵਾਂ ਉਤੇ ਹਲਕਾ ਮੀਂਹ ਤੇਜ਼ ਮੀਂਹ ਜਾਂ ਕੁਝ ਥਾਵਾਂ ਉਤੇ ਪਰ ਉਹ ਤੇਜ਼ ਹਨੇਰੀ ਵੀ ਚੱਲਦੀ ਹੋਈ ਦਿਖਾਈ ਦੇ ਸਕਦੀ ਆ ਜੇ ਗੱਲ ਕਰੀਏ ਪੰਜਾਬ ਵਿੱਚ ਮੀਂਹ ਥੋੜੇ ਜੇ ਵੱਧ ਜਾਣਗੇ 11 ਜੂਨ ਦੇ ਆਸ-ਪਾਸ 11 ਜੂਨ ਨੂੰ ਪੰਜਾਬ ਦੇ ਕੁਝ ਜਿਆਦਾ ਭਾਗਾਂ ਵਿੱਚ ਆਪਾਂ ਨੂੰ ਮੀਂਹ ਦੇਖਣ ਨੂੰ ਮਿਲਣਗੇ ਹਲਕੇ ਤੋਂ ਦਰਮਿਆਨ ਪੱਧਰ ਦੇ ਮੀਂਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਗਰਜ ਚਮਕਦੀ ਵਾਰਨਿੰਗ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਆ ਹਾਲਾਂਕਿ ਇਹ ਜਿਹੜੇ ਸਿਸਟਮ ਨੇ ਪੰਜਾਬ ਵਿੱਚ ਆਉਂਦੇ ਆਂਦੇ ਰਹਿਣਗੇ ਪਰ ਫਿਰ ਵੀ ਤੋਂ ਜਿਹੜੀ ਗਰਮੀ ਤੋਂ ਬਹੁਤ ਬਹੁਤ ਹੀ ਵੱਡੀ ਜਿਹੜੀ ਰਾਹਤ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਹੋਰ ਕੋਈ ਵੀ ਤਾਜ਼ਾ ਅਪਡੇਟ ਆਵੇਗੀ ਚੈਨਲ ਤੇ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰ